ਦੋਸਤੋ ਹੁਣੇ ਹੁਣੇ ਖਬਰ ਮਿਲੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਸੀਗੇ। ਉੱਥੇ ਸਾਡੀ ਜਥੇਬੰਦੀ ਵੱਲੋਂ BKU ਏਕਤਾ ਸਿੱਧੂਪੁਰ ਵੱਲੋਂ ਲਗਾਤਾਰ ਜੋ ਅਸੀਂ ਪਿਛਲੇ ਸਮੇਂ ਤੋਂ ਆਪਦੀ ਲੜਾਈ ਲੜਦੇ ਆ ਰਹੇ ਹਾਂ ਜੁਮਲਾ ਮੁਸ਼ਤਰਕਾ ਮਾਲਕਣ ਵਾਲੀਆਂ ਜ਼ਮੀਨਾਂ ਦੀ, ਜਾਂ ਜਿਹੜੀ ਅਸੀਂ ਲੜਾਈ ਲੜਦੇ ਆ ਰਹੇ ਹਾਂ ਆਬਾਦ ਕਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਾਲਕੀਆ ਦੇਣ ਦੀ, ਉਸ ਮਾਮਲੇ ਨੂੰ ਲੈ ਕੇ ਸਾਡੇ ਉੱਥੇ ਧਰਨਾ ਚੱਲ ਰਿਹਾ। ਅੱਜ ਕੀ ਹੋਇਆ ਕਿ ਸਾਡੇ ਆਗੂਆਂ ਨੇ ਪ੍ਰੋਗਰਾਮ ਰੱਖਿਆ ਕਿ ਅੱਜ ਸਾਡਾ ਮੁੱਖ ਮੰਤਰੀ ਇੱਥੇ ਆ ਰਿਹਾ। ਮੁੱਖ ਮੰਤਰੀ ਜੀ ਨੂੰ ਯਾਦ ਦਿਲਾਈਏ, ਯਾਦ ਕਰਾਈਏ ਕਿ ਭਾਈ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਵਾਅਦੇ ਨੂੰ ਯਾਦ ਰੱਖੋ ਔਰ ਸਾਡੇ ਨੂੰ ਜਿਹੜੇ ਹੱਕ ਮਾਲਕੀਅਤ ਜ਼ਮੀਨਾਂ ਦੇ ਦਿਓ। ਤੁਸੀਂ ਹੱਕ ਮਾਲਕੀਅਤ ਜ਼ਮੀਨਾਂ ਦੇ ਦੇਣ ਵਾਸਤੇ, ਤੁਹਾਨੂੰ ਯਾਦ ਕਰਾਉਣ ਵਾਸਤੇ ਜਦੋਂ ਸਾਡਾ ਉਹ ਕਿਸਾਨ ਆਉਣਾ ਚਾਹਿਆ, ਸਾਡਾ ਆਗੂ ਆਉਣਾ ਚਾਹਿਆ, ਤਾਂ ਉਸ ਵੇਲੇ ਜੋ ਤੁਸੀਂ ਕੀਤਾ ਉਹਨੂੰ ਗ੍ਰਿਫਤਾਰ ਕੀਤਾ, ਉਹਨੂੰ ਜੇਲ੍ਹ ਭੇਜਿਆ, ਤਾਂ ਤੁਸੀਂ ਦੇਖੋ ਸੋਚੋ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਫਿਰ BJP ਦੀ ਦਿੱਲੀ ਵਿਚਲੀ ਸਰਕਾਰ, ਇਹਨਾਂ 'ਚ ਕੋਈ ਫਰਕ ਲੱਗਦਾ ਹੈ? ਉਹਨਾਂ ਨੂੰ ਵੀ ਵਾਅਦਾ ਯਾਦ ਕਰਾਉਣ ਚੱਲੇ ਸੀ, ਸਾਡੇ ਤੇ ਗੋਲੀਆਂ ਚਲਾਈਆਂ, ਤੇ ਜੇ ਇਹਨਾਂ ਨੂੰ ਵਾਅਦਾ ਯਾਦ ਕਰਾਉਣ ਲਈ ਸਾਡੇ ਲੀਡਰ ਭਗਵੰਤ ਮਾਨ ਦੇ ਸਾਹਮਣੇ ਜਾ ਰਹੇ ਨੇ ਤੇ ਗ੍ਰਿਫਤਾਰ ਕਰ ਲਏ ਗਏ ਨੇ, ਇਹਦਾ ਮਤਲਬ ਕੀ ਨਿਕਲਦਾ ਹੈ ਕਿ ਤੁਸੀਂ ਕੀ ਭਗਵੰਤ ਮਾਨ ਦੀ ਸਰਕਾਰ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਲੋਕਾਂ ਦੇ ਨਾਲ, ਕੀ ਉਹਨੂੰ ਠੁੱਕ ਕੇ ਚੱਟ ਗਈ ਹੈ? ਕੀ ਉਹ ਤੋਂ ਮੁੱਕਰ ਗਈ ਹੈ? ਜਦੋਂ ਕਿ ਸਰਕਾਰ ਨੇ ਸਾਡੇ ਨਾਲ ਬਾਰ ਬਾਰ ਮੀਟਿੰਗਾਂ 'ਚ ਵਾਅਦਾ ਕੀਤਾ ਹੈ ਕਿ ਅਸੀਂ ਪਾਲਿਸੀ ਬਣਾ ਰਹੇ ਹਾਂ, ਇਹ ਜਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਆਬਾਦ ਕਰਨ ਦੀਆਂ ਜ਼ਮੀਨਾਂ ਨੇ ਜਾਂ ਜਿਹੜੀਆਂ ਜੁਮਲਾ ਮੁਸ਼ਤਰਕਾ ਮਾਲਕਣ ਵਾਲੀਆਂ ਜ਼ਮੀਨਾਂ ਨੇ, ਉਹਦੇ ਹੱਕ ਮਾਲਕੀਅਤ ਦੇਣ ਲਈ ਅਸੀਂ ਪਾਲਿਸੀ ਬਣਾ ਰਹੇ ਹਾਂ ਔਰ ਉਸ ਪਾਲਿਸੀ ਦੇ ਵਿੱਚ ਇਹਨਾਂ ਨੂੰ ਹੱਕ ਮਾਲਕੀਅਤ ਦੇਵਾਂਗੇ। ਔਰ ਅੱਜ ਤੁਸੀਂ ਹੱਕ ਮਾਲਕੀਅਤ ਦੇਣ ਦੀ ਬਜਾਏ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਲਗਾਤਾਰ ਉੱਥੋਂ ਰੁਜ਼ਗਾਰ ਕਮਾ ਰਹੇ ਨੇ, ਰੋਟੀ ਕਮਾ ਰਹੇ ਨੇ, ਜਿਹੜੇ ਬੰਦੇ ਕੋਈ 2 ਕਿੱਲਿਆਂ ਦਾ ਉੱਤੇ ਵਾਈ ਕਰ ਰਿਹਾ, ਕੋਈ 4 ਕਿੱਲਿਆਂ ਦੇ ਵਾਈ ਕਰ ਰਿਹਾ, ਕੋਈ 6 ਕਿੱਲਿਆਂ ਦੇ ਵਾਈ ਕਰ ਰਿਹਾ, ਉਹਨਾਂ ਦੀ ਬੀਜੀ ਹੋਈ ਕਣਕ ਨੂੰ ਤੁਹਾਡੇ DC ਨੇ ਕੱਟਣ ਤੋਂ ਰੋਕਤਾ ਔਰ ਅੱਜ ਉਹਨਾਂ ਦੇ ਹੱਥੋਂ ਉਹਨਾਂ ਦੇ ਮੂੰਹ 'ਚੋਂ ਰੋਟੀ ਖਾਣ ਵਾਲੀ ਗੱਲ ਕੀਤੀ ਹੈ ਸਰਕਾਰ ਨੇ। ਔਰ ਇਸ ਵਿਰੋਧ ਦੇ ਵਿੱਚੋਂ ਉਹ ਸਾਡੇ ਵੀਰ ਉੱਥੇ ਅੰਦੋਲਨ ਕਰ ਰਹੇ ਨੇ, ਧਰਨੇ ਤੇ ਬੈਠੇ ਨੇ। ਜਦੋਂ ਸੋਚੋ ਕਿ ਇਸ ਸਰਕਾਰ ਦੀ ਦੋਗਲੀ ਨੀਤੀ ਕੀ ਹੈ, ਇੱਕ ਪਾਸੇ ਤਾਂ ਦੇਸ਼ ਦਾ ਕਿਸਾਨ BJP ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਲੜ ਰਿਹਾ ਤੇ ਦੂਸਰੇ ਪਾਸੇ ਇਧਰਲੇ ਪਾਸੇ ਇਹਨਾਂ ਨੇ ਇਸ ਮੌਕੇ ਦਾ ਲਾਭ ਉਠਾ ਕੇ ਕਿ ਕਿਸਾਨ ਉਧਰ ਫਸਿਆ ਹੋਇਆ ਮਗਰੋਂ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਵਾ ਕੇ ਔਰ ਆਪਦੇ ਹੀ MLA ਦਈਆ ਸਾਹਿਬ ਦੇ ਖਾਸਮ ਖਾਸ ਜਿਹੜੇ ਬੰਦੇ ਨੇ ਉਹਨਾਂ ਨੂੰ ਉਹ ਜ਼ਮੀਨ ਦੇਣ ਦਾ ਤਿਆਰੀ ਕੀਤੀ ਹੋਈ ਹੈ। ਇਹ ਕਿੱਧਰਲਾ ਤਰੀਕਾ ਆ ਗਿਆ? ਇਹ ਬਰਦਾਸ਼ਤ ਕਰਨ ਤੋਂ ਬਾਹਰ ਦੀਆਂ ਗੱਲਾਂ ਨੇ, ਇਹ ਬਰਦਾਸ਼ਤ ਨਹੀਂ ਹੋਣਗੀਆਂ। ਮਾਨ ਸਾਹਿਬ, ਲੋਕ ਇਹਦੇ ਤੇ ਲੜਾਈ ਦੇਣਗੇ, ਕੀ ਕਰੋਗੇ? ਇਹ ਵਾਅਦੇ ਤੋਂ ਮੁੱਕਰ ਕੇ ਕੀ ਫਿਰ ਸੋਚਦੇ ਹੋ ਕਿ ਆਰਾਮ ਨਾਲ ਵੋਟਾਂ ਹਾਸਲ ਹੋ ਜਾਣਗੀਆਂ? ਇਹਦਾ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਫਿਰ ਤੁਹਾਨੂੰ ਬਲ ਕੱਲ ਨੂੰ ਇਹ ਕਹੋਗੇ ਕਿ ਸਾਡਾ ਲੋਕ ਵਿਰੋਧ ਕਰਦੇ ਨੇ, ਅੱਗੇ ਉਹ ਜਿਹੜੀ ਦਿੱਲੀ ਵਾਲੇ ਬੈਠੇ ਨੇ ਜਾਂ ਜਿਹੜੀ ਭਾਜਪਾ ਬੈਠੀ ਹੈ ਉਹ ਅੱਜ ਇਸ ਗੱਲ ਦੀ ਦੁਹਾਈ ਪਿੱਟ ਰਹੀ ਹੈ ਕਿ ਕਿਸਾਨ ਸਾਡਾ ਵਿਰੋਧ ਕਿਉਂ ਕਰਦੇ, ਦੂਸਰਿਆਂ ਦਾ ਵਿਰੋਧ ਕਿਉਂ ਨਹੀਂ ਕਰਦੇ? ਫਿਰ ਤੁਸੀਂ ਵੀ ਇਹ ਕਹੋਗੇ ਕਿ ਸਾਡਾ ਵਿਰੋਧ ਕਿਉਂ ਕਰਦੇ ਆ? ਭਾਈ ਵਾਅਦਾ ਕੀਤਾ ਤੁਸੀਂ ਲੋਕਾਂ ਨਾਲ, ਉਹ ਵਾਅਦਾ ਪੂਰਾ ਕਰੋ ਔਰ ਇਹਨਾਂ ਕਿਸਾਨਾਂ ਦੀ ਜ਼ਮੀਨ ਦਾ ਹੱਕ ਮਾਲਕੀਅਤ ਦਿਓ ਔਰ ਇਹਨਾਂ ਦੀ ਜਿਹੜੀ ਕਣਕ ਉੱਥੇ ਖੜੀ ਉਹ ਕਣਕ ਨੂੰ ਤੁਰੰਤ ਇਹਨਾਂ ਕਿਸਾਨਾਂ ਨੂੰ ਵੱਢਣ ਦੇ ਇਜਾਜ਼ਤ ਦੇਵੇ ਸਾਡੀ ਸਰਕਾਰ, ਨਹੀਂ ਤਾਂ ਫਿਰ ਸਾਨੂੰ ਇੱਥੇ ਹੋਰ ਸਖ਼ਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਏਗਾ। ਸਾਡਾ ਗ੍ਰਿਫਤਾਰ ਕੀਤਾ ਗੁਰਸੇਵਕ ਸਿੰਘ ਨੂੰ ਤੁਰੰਤ ਰਿਹਾਅ ਕਰੇ ਸਰਕਾਰ ਔਰ ਇਹਨਾਂ ਨਾਲ ਗੱਲਬਾਤ ਕਰੇ, ਗੱਲਬਾਤ ਸੁਣੇ ਨਾ ਇਹਨਾਂ ਦੀ ਇਹ ਕੀ ਕਹਿਣਾ ਚਾਹੁੰਦੇ ਨੇ।
ਅਗਰ ਇਹ ਕੋਈ ਤਰੀਕਾ ਹੈ, ਇਹ ਕੋਈ ਡਿਕਟੇਟਰਸ਼ਿਪ ਹੈ ਜਿਹੜਾ ਤੁਸੀਂ ਕਰ ਰਹੇ ਹੋ, ਇਹ ਅਤਿ ਨਿੰਦਣਯੋਗ ਹੈ ਔਰ ਅਤਿ ਸ਼ਰਮਨਾਕ ਹੈ। ਜਿਹੜੀ ਸਰਕਾਰ ਦੂਸਰਿਆਂ ਨੂੰ ਕਹਿੰਦੀ ਹੈ ਕਿ ਇੱਥੇ ਧੱਕੇਸ਼ਾਹੀ ਹੋ ਰਹੀ ਹੈ, ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ, ਘਪਲੇ ਕੀਤੇ ਜਾ ਰਹੇ ਹੈ, ਇਹਨਾਂ ਘਪਲਿਆਂ ਤੋਂ ਦੁਖੀ ਹੋ ਕੇ ਤਾਂ ਤੁਹਾਨੂੰ ਲੈ ਕੇ ਆਉਂਦਾ ਸੀ ਲੋਕਾਂ ਨੇ ਕਿ ਪਿਛਲੇ MLA ਇਸੇ ਤਰੀਕੇ ਦੇ ਨਾਲ ਅਜਿਹੀਆਂ ਜ਼ਮੀਨਾਂ ਜੋ ਫਿਰੋਜ਼ਪੁਰ ਦੇ ਵਿੱਚ, ਤਰਨ ਤਾਰਨ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਅਜਿਹੀਆਂ ਜ਼ਮੀਨਾਂ ਪਈਆਂ ਨੇ, ਉਹਨਾਂ ਤੇ ਕਬਜ਼ੇ ਕਰਨ ਦੀ ਨੀਅਤ ਨਾਲ ਲੋਕਾਂ ਦੇ ਸਿਰ ਪੜਵਾ ਕੇ, ਲੋਕਾਂ ਨੂੰ ਛੱਬੀਆਂ ਬਣਵਾ ਕੇ, ਲੋਕਾਂ ਨੂੰ ਮਰਵਾ ਕੇ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਔਰ ਉਹੀ ਕੰਮ ਤੁਹਾਡਿਆਂ ਨੇ ਕਰਨਾ ਸ਼ੁਰੂ ਕਰ ਲਿਆ। ਇਹ ਤਾਂ ਬੜੀ ਇਮਾਨਦਾਰੀ ਹੋਈ, ਬੜੀ ਸਾਫ਼ ਸੁਥਰੀ ਸਰਕਾਰ ਹੋਈ ਫਿਰ। ਸੋ ਇਸ ਕਰਕੇ ਇਸ ਗੱਲ ਨੂੰ ਦੁਬਾਰਾ ਸਰਕਾਰ ਸੋਚੇ ਔਰ ਸਾਡੇ ਉਹਨਾਂ ਗ੍ਰਿਫਤਾਰ ਕੀਤੇ ਆਗੂਆਂ ਨੂੰ ਜ਼ਰੂਰ ਤੁਰੰਤ ਰਿਹਾ ਕਰਨ ਦੇ ਨਾਲ ਨਾਲ ਇਹਨਾਂ ਦੀ ਕਣਕ ਦੀ ਜਿਹੜੀ ਫਸਲ ਆ ਉਹਨਾਂ ਨੂੰ ਵਢਾਈ ਜਾਏ ਤਾਂ ਕਿ ਸ਼ਾਂਤ ਰਹੇ ਮਾਹੌਲ, ਨਹੀਂ ਤਾਂ ਮਜਬੂਰ ਸਾਨੂੰ ਸਖ਼ਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਏਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।